ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਨਵੇਂ ਕੇਸ ਤਸੱਲੀ ਬਖਸ਼ ਹੱਦ ਤੱਕ ਘਟ ਹੋ ਚੁੱਕੇ ਨੇ ਹੁਣ ਤੱਕ ਟੀਕਾ ਕਰਨ ਦੇ ਯੋਗ 80% ਦੀ ਵਸੋਂ ਨੂੰ ਪਹਿਲਾ ਟੀਕਾ ਲੱਗ ਚੁੱਕਾ ਹੈ ਅਤੇ 53% ਤੋਂ ਵੱਧ ਕੈਨੇਡਾ ਵਾਸੀਆਂ ਦੇ ਦੋਵੇਂ ਟੀਕੇ ਲਗਾਏ ਜਾ ਚੁੱਕੇ ਨੇ ਇਹ ਟੀਕਾ ਕਰਨ ਦਰ ਅਮਰੀਕਾ ਨਾਲੋਂ ਵੀ ਵੱਧ ਹੈ ਜਿੱਥੇ ਅਜੇ ਤੱਕ 56% ਲੋਕਾਂ ਨੂੰ ਇੱਕ ਟੀਕਾ ਅਤੇ 48% ਨੂੰ ਦੋਵੇਂ ਟੀਕੇ ਲੱਗੇ ਨੇ ਕੈਨੇਡਾ ਸਰਕਾਰ ਨੇ ਦੇਸ਼ ਦੀਆਂ ਸਰਹੱਦਾਂ ਖੋਲਣ ਤੋਂ ਪਹਿਲਾਂ ਦੇਸ਼ ਦੇ 75% ਦੀ ਲੋਕਾਂ ਦਾ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ ਜੋ ਅਗਲੇ ਮਹੀਨੇ ਪੂਰਾ ਹੋ ਜਾਣ ਦੀ ਸੰਭਾਵਨਾ ਹੈ ਅਜਿਹੇ 'ਚ ਸੂਬਾਈ ਤੇ ਕੇਂਦਰ ਸਰਕਾਰਾਂ ਵੱਲੋਂ ਦੇਸ਼ ਵਿੱਚ ਵਿਦੇਸ਼ੀਆਂ ਦੀ ਆਮਦ ਪ੍ਰਤੀ ਸਰਗਰਮੀ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਆਪਣੀਆਂ ਵਿਸ਼ੇਸ਼ ਮੀਟਿੰਗਾਂ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਵਿਦੇਸ਼ੀਆਂ ਲਈ ਕੈਨੇਡਾ ਨੂੰ ਖੋਲਣ ਸਮੇਂ ਦੇਸ਼ ਦੀ ਸੁਰੱਖਿਆ ਨੂੰ ਅਹਿਮੀਅਤ ਦੇਣਾ ਜ਼ਰੂਰੀ ਹੈ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਟੀਕੇ ਲਗਵਾ ਚੁੱਕੇ ਅਮਰੀਕਾ ਦੇ ਨਾਗਰਿਕਾਂ ਅਤੇ ਗ੍ਰੀਨ ਕਾਰਡ ਧਾਰਕਾਂ ਵਾਸ ਤੇ ਕੈਨੇਡਾ ਦੀਆਂ ਸਰਹੱਦਾਂ ਅਗਲੇ ਕੁਝ ਹਫ਼ਤਿਆਂ ਬਾਅਦ ਖੋਲਣ ਦੀ ਤਿਆਰੀ ਚੱਲ ਰਹੀ ਹੈ ਹਾਲਾਤ ਇਸੇ ਤਰ੍ਹਾਂ ਸਥਿਰ ਰਹੇ ਤਾਂ ਦੁਨੀਆ ਦੇ ਹੋਰ ਦੇਸ਼ ਦੋਵੇਂ ਟੀਕੇ ਲਗਵਾ ਚੁੱਕੇ ਲੋਕ ਵਾਸਤੇ ਕੈਨੇਡਾ ਨੂੰ ਸਤੰਬਰ ਮਹੀਨੇ ਖੋਲ ਦਿੱਤਾ ਚਾਹਵੇਗਾ